ਤੇ ਸਾਡੀ ਜਿਹੜਾ ਇੱਕ ਤਜਰਬਾ ਹੋਇਆ ਆ ਕਿ ਜੱਸੀ ਜਿੰਨਾ ਮਰਜ਼ੀ ਕਰ ਲਓ ਲੋਕਾਂ ਲਈ ਅਖੀਰ ਲਈ ਆ ਕੇ 99 ਕੀਤੇ ਹੋਏ ਲੋਕ ਭੁੱਲ ਜਾਣਗੇ ਤੇ ਇੱਕ ਗਲਤੀ ਜਾਂ ਜੇ ਗਲਤੀ ਨਹੀਂ ਵੀ ਹੈ ਤਾਂ ਗਲਤੀਆਂ ਤੁਹਾਡੇ ਤੇ ਥੋਪੀਆਂ ਜਾਣਗੀਆਂ। ਕਈ ਬੰਦੇ ਐਸੇ ਹੁੰਦੇ ਆ ਜਿਹੜੇ ਤੁਹਾਡੇ ਲਈ ਉਹ ਜੁਗਾੜ ਬਣਾਉਂਦੇ ਵੀ ਇਹਨੂੰ ਹੁਣ ਕਿਵੇਂ ਆਪਾਂ ਨੇ ਡੀਫੇਮ ਕਰਨਾ ਆ। ਬੱਲੇ ਪੰਜਾਬੀਓ, ਬੜਾ ਤੁਸੀਂ ਸਿਲਾ ਦਿੱਤਾ, ਕਿਰਦਾਰ ਦਾ ਸਰਟੀਫਿਕੇਟ ਵੰਡਤਾ, ਸਭ ਤੋਂ ਛੱਡ ਕੇ ਤੁਹਾਡੇ ਲਈ ਆ ਗਿਆ। ਸਾਰੀ ਜ਼ਿੰਦਗੀ ਜਿਵੇਂ ਜਿਉਂਿਆ ਸੀ ਸਭ ਕੁਝ ਛੱਡਤਾ, ਆਪਦੇ ਰਿਸ਼ਤੇ, ਆਪਦਾ ਕੰਮ, ਪਰਸਨਲ ਲਾਈਫ ਸਭ ਕੁਝ ਛੱਡਤਾ ਤੁਹਾਡੇ ਲਈ। ਤੇ ਮੈਂ ਕੀਤਾ ਕੀ ਆ, ਸਿਰਫ ਤੁਹਾਡੇ ਹੱਕਾਂ ਲਈ ਲੜਿਆ, ਤੁਹਾਡੇ ਹੱਕਾਂ ਦੀ ਆਵਾਜ਼ ਬੁਲੰਦ ਕੀਤੀ ਆ। ਇਹ ਤੁਹਾਡਾ ਸਿਲਾ ਤੁਹਾਡੇ ਹੱਕਾਂ ਲਈ ਲੜਨ ਦਾ। ਜਿਨ੍ਹਾਂ ਪਿੱਛੇ ਮੈਂ ਵੀ ਗੁੰਮਰਾਹ ਹੋ ਕੇ ਲੱਗਿਆ ਸੀ ਵੀ ਬਾਈ ਬਹੁਤ ਵੱਡਾ ਬੰਦਾ, ਬਈ ਅਸੀਂ ਬੜੇ ਧਿਆਨ ਨਾਲ ਉਹਨਾਂ ਦੀ ਗੱਲ ਸੁਣਦੇ ਸੀ, ਫੋਲੋ ਕਰਦੇ ਸੀ, ਪਰ ਅੰਦਰ ਉਹਨਾਂ ਦੇ ਮਨਸੂਬੇ ਤੇ ਲਾਲਚ ਕੀ ਸੀ ਉਹ ਸਾਨੂੰ ਬਾਅਦ ਚ ਪਤਾ ਲੱਗਿਆ। ਸੋ ਇੰਨਾ ਕੁ ਤਜਰਬਾ ਤੇ ਹੋਇਆ ਪਿਛਲੇ 7-8 ਸਾਲਾਂ ਚ ਆਪਣਾ ਆਪ ਗਵਾ ਕੇ, ਨੁਕਸਾਨ ਕਰਾ ਕੇ, ਕਿ ਬਾਈ ਜੀ ਜੋ ਦਿਖ ਰਿਹਾ ਹੁੰਦਾ ਉਹੀ ਸੱਚ ਨਹੀਂ ਹੁੰਦਾ। ਹੁਣ ਜਿਹੜੀ ਗੱਲ ਮੈਂ ਕਰੂੰਗਾ ਬਾਈ ਜੀ ਕਿ ਰਾਜੇਵਾਲ ਸਾਹਿਬ, ਤੁਹਾਡੀ ਉਮਰ ਮਿਲਾਦਾ 60-65-70 ਸਾਲ ਦੀ ਉਮਰ ਹੋਏਗੀ ਤੁਹਾਡੀ, ਰਾਈਟ? ਤੇ ਉਹ 70 ਸਾਲ ਦੀ ਉਮਰ ਦੇ ਵਿੱਚ ਤੁਹਾਡਾ 24 ਤਰੀਕ ਨੂੰ ਇੱਕ ਵੀਡੀਓ ਮੈਂ ਦੇਖਿਆ ਜਿਹਦੇ ਵਿੱਚ ਇਹ ਕਹਿਣਾ ਨਹੀਂ ਸੀ ਚਾਹੁੰਦਾ ਮੈਂ, ਪਰ ਕੋਈ ਕਹਿ ਵੀ ਨਹੀਂ ਰਿਹਾ ਤੁਹਾਨੂੰ, ਕਿਉਂਕਿ ਕਿਸਾਨ ਜਥੇਬੰਦੀਆਂ ਜੇ ਕਿਸਾਨ ਜਥੇਬੰਦੀਆਂ ਨੇ ਸੰਘਰਸ਼ ਕੀਤੇ ਨੇ ਤੁਹਾਡੇ, ਉਸ ਸੰਘਰਸ਼ ਨੂੰ ਅਸੀਂ ਸਲੂਟ ਕਰਦੇ ਹਾਂ। ਪਰ ਬਾਈ ਜੀ ਉਸ ਸੰਘਰਸ਼ 'ਚੋਂ ਤੁਸੀਂ ਇਹ ਵੀ ਸਿੱਖਿਆ ਹੋਊਗਾ ਕਿ ਜਦੋਂ ਕੋਈ ਯੂਥ ਨਾਲ ਜੁੜਦਾ, ਜਦੋਂ ਯੂਥ ਨਾਲ ਤੁਰਦਾ ਆ, ਤੇ ਬਾਈ ਜੀ ਉਹ ਯੂਥ ਨੂੰ ਲਿਆਉਣ ਲਈ ਕਈ ਕਲਾਕਾਰਾਂ ਦਾ, ਕਈ ਹੋਰ ਬੰਦਿਆਂ ਦਾ ਹੱਥ ਵੀ ਸੀਗਾ ਨਾਲ। ਤੇ 24 ਤਰੀਕ ਨੂੰ ਰਾਜੇਵਾਲ ਸਾਹਿਬ ਕਹਿੰਦੇ ਮੈਂ 40 ਸਾਲ ਦੀ ਸਿਆਸਤ ਕੀਤੀ ਹੈ, ਮੈਂ 40 ਸਾਲ ਜਥੇਬੰਦੀਆਂ ਲਈ ਲੜਿਆ, ਮੈਂ 40 ਸਾਲ ਆਹ ਕੀਤਾ ਉਹ ਕੀਤਾ। ਰਾਜੇਵਾਲ ਸਾਹਿਬ ਜਿਹੜਾ ਅੱਜ ਦਾ ਯੂਥ ਹੈ ਉਹ ਤੁਹਾਨੂੰ ਵੀ ਨਹੀਂ ਜਾਣਦਾ। ਤੁਸੀਂ ਕਿਹਾ ਦੀਪ ਸਿੱਧੂ ਕੌਣ ਹੈ, ਦੀਪ ਸਿੱਧੂ ਨੂੰ ਕੌਣ ਜਾਣਦਾ ਯਾਰ। 26 ਤਰੀਕ ਨੂੰ ਤੁਸੀਂ ਇੱਕ ਇਤਿਹਾਸਿਕ ਇਕੱਠ ਇਕੱਠਾ ਕਰਨਾ 26 ਤਰੀਕ ਨੂੰ, ਰਾਈਟ? 24 ਤਰੀਕ ਨੂੰ ਇੱਕ ਚਿੱਟੀ ਦਾੜੀ ਵਾਲਾ ਬਜ਼ੁਰਗ ਜਿਹਨੂੰ ਲੋਕ ਅੰਦੋਲਨ ਤੋਂ ਬਾਅਦ ਜਾਣਨਾ ਸ਼ੁਰੂ ਹੋਏ, ਸੋਰੀ ਟੂ ਸੇ ਮਿਸਟਰ ਰਾਜੇਵਾਲ, ਕਿ ਤੁਹਾਨੂੰ ਇਹ ਚੀਜ਼ ਗੌਰ ਕਰਨੀ ਪਊਗੀ ਕਿ ਬਾਈ ਜੀ ਤੁਹਾਨੂੰ ਵੀ ਕੋਈ ਨਹੀਂ ਜਾਣਦਾ ਜਿਹੜਾ ਅੱਜ ਦਾ ਯੂਥ ਹੈ, ਸਿਰਫ ਕਿਸਾਨ ਜਾਣਦੇ ਹੋਣਗੇ ਯਾਰ, ਤੁਹਾਡੀ ਜਥੇਬੰਦੀ ਜਾਣਦੀ ਹੋਊਗੀ ਯਾਰ। 30-31 ਜਥੇਬੰਦੀਆਂ ਹੋ ਤੁਸੀਂ, ਜਾਂ ਤੁਸੀਂ 30-31 ਅੱਜ ਕਿਤੇ ਇਕੱਠੀਆਂ ਹੋਈਆਂ, ਇਹਦਾ ਮਤਲਬ ਕਿੱਡੀ ਵੈਲਿਊਏਬਲ ਮੂਮੈਂਟ ਬਣੀ ਸੀ। ਤੁਸੀਂ 24 ਤਰੀਕ ਨੂੰ ਕਹਿ ਰਹੇ ਹੋ ਦੀਪ ਸਿੱਧੂ ਕੌਣ ਹੈ, ਦੀਪ ਸਿੱਧੂ ਨੂੰ ਕੌਣ ਜਾਣਦਾ ਯਾਰ। ਚਾਹੇ ਉਹਦੇ ਪਿੱਛੇ ਕੋਈ ਵੀ ਤਾਕਤ ਕੰਮ ਕਰ ਰਹੀ ਹੈ ਜਾਂ ਨਹੀਂ ਕਰ ਰਹੀ, ਲੋਕਾਂ ਨੂੰ ਹੁਣ ਪੜਦਾ ਉੱਠਦਾ ਜਾਂਦਾ, ਟਾਈਮ ਵਿਲ ਟੈਲ। ਅਸੀਂ ਇਹ ਪਹਿਲਾਂ ਕਹਿਤਾ ਸੀ, ਮੈਂ ਲੋਕੋ ਅਸੀਂ ਸਾਨੂੰ ਕਿਸੇ ਤੋਂ ਚਿੜ ਨਹੀਂ। ਜੱਸੀ ਨੇ 28 ਸਪਤੰਬਰ ਨੂੰ ਸ਼ਹੀਦ ਭਗਤ ਸਿੰਘ ਜੀ ਦੇ ਜਨਮ ਦਿਨ ਵਾਲੇ ਦਿਨ ਵੀ ਕਿਹਾ ਸੀਗਾ ਕਿ ਸਾਡੇ ਲੋਕ ਭੋਲੇ ਨੇ। ਇਹ ਕੋਈ ਚੰਦ ਲਫ਼ਜ਼ ਕੋਈ ਜਿਹਨੂੰ ਵਧੀਆ ਬੋਲਣੇ ਆਉਂਦੇ, ਜਿਵੇਂ ਭਗਵੰਤ ਮਾਨ ਨੂੰ ਬਹੁਤ ਵਧੀਆ ਬੋਲਣਾ ਆਉਂਦਾ ਸੀ, ਭਗਵੰਤ ਮਾਨ CM ਆਫ ਪੰਜਾਬ, ਭਗਵੰਤ ਮਾਨ ਫਲਾਣਾ, ਭਗਵੰਤ ਮਾਨ ਆਹ ਤੇ ਭਗਵੰਤ ਮਾਨ ਉਹ, ਇਹਨਾਂ ਦਿਨਾਂ 'ਚ ਕਿਤੇ ਬੋਲਦਾ ਸੁਣਿਆ ਤੁਸੀਂ, ਦੇਖਿਆ ਕਦੀ? ਇੱਕ ਕ੍ਰਾਂਤੀ ਨੂੰ ਡੋਬਣ ਵਾਲਿਆਂ ਦੇ ਵਿੱਚ ਸਭ ਤੋਂ ਵੱਡਾ ਯੋਗਦਾਨ ਉਹਦਾ ਸੀ, ਸਵੈ ਲਾਲਚ, ਸੈਲਫ ਸੈਂਟਰਡ ਅਪਰੋਚ, ਆਪ ਦੇਖਿਆ ਬਾਈ ਜੀ। ਸੋ ਉਦੋਂ ਉਹਨੂੰ ਬੁਲਾਰਾ ਬਹੁਤ ਚੰਗਾ, ਉਹਦਾ ਸਲੂਟ ਕਰਦੇ ਹਾਂ, ਹਰ ਲਾਈਵ ਦੇ ਵਿੱਚ ਕਿਹਾ ਕਿ ਬਹੁਤ ਵਧੀਆ ਬੁਲਾਰਾ ਬਾਈ ਜੀ। ਪਰ ਹਰ ਵਧੀਆ ਬੁਲਾਰਾ ਇੱਕ ਚੰਗਾ ਇਨਸਾਨ ਤੇ ਚੰਗਾ ਲੀਡਰ ਐਡਮਿਨਿਸਟ੍ਰੇਟਰ ਹੋਊਗਾ ਇਹ ਤੈਅ ਨਹੀਂ ਹੈ, ਇਹ ਲਿਖਿਆ ਨਹੀਂ ਹੋਇਆ। ਦੀਪ ਸਿੱਧੂ ਬਹੁਤ ਵਧੀਆ ਬੁਲਾਰਾ ਕਿਉਂਕਿ ਫਿਲਮੀ ਆਦਮੀ ਹੈ ਯਾਰ, ਸਕ੍ਰਿਪਟਾਂ ਬਣਾਉਂਦਾ ਆ ਉਹ, ਫਿਲਮੀ ਪਰਿਵਾਰਾਂ ਦੇ ਨਾਲ, ਸਨੀ ਦਿਓਲ ਹੋਰਾਂ ਦੀਆਂ ਫਿਲਮਾਂ ਦੇ ਵਿੱਚ ਉਹਨੇ ਪੂਰੀ, ਮੈਨੂੰ ਜਿਹਨੂੰ ਕਹਿੰਦੇ ਬੈਕ ਪਰਦੇ 'ਤੇ ਰਹਿ ਕੇ ਨਹੀਂ ਤਾਂ ਪਿੱਛੋਂ ਦੀ ਉਹਨੇ ਸਭ ਕੁਝ ਦੇਖਿਆ ਹੋਇਆ, ਫਿਲਮਾਂ ਕਿਵੇਂ ਚੱਲਦੀਆਂ, ਲੋਕਾਂ ਦੇ ਸੈਂਟੀਮੈਂਟ ਕਿਵੇਂ ਉੱਠਦੇ ਨੇ, ਲੋਕਾਂ ਨੂੰ ਕਿਹੜੇ ਸੈਂਟੀਮੈਂਟ ਨਾਲ ਰਵਾਇਆ ਜਾਂਦਾ, ਕਿਹੜੇ ਸੈਂਟੀਮੈਂਟ ਨਾਲ ਹਰਾਇਆ ਜਾਂਦਾ। ਮੈਂ ਵੀ ਆਰਟਿਸਟ ਹੈ, ਬਹੁਤ ਵਧੀਆ ਬੋਲ ਲੈਣਾ ਬਾਈ ਜੀ ਬਹੁਤ ਵਧੀਆ ਇਨਸਾਨ ਹੋਣ ਦੀ ਨਿਸ਼ਾਨੀ ਨਹੀਂ ਹੁੰਦੀ। ਮੈਂ ਇਹੀ ਕਿਹਾ ਸੀ ਕਿ ਹਾਲੇ ਇਹਨੂੰ ਟੈਸਟਿੰਗ ਕੰਡੀਸ਼ਨ 'ਤੇ ਪਾਓ, ਜਿਹਨੂੰ ਕਹਿੰਦੇ ਆ ਨਾ ਵੀ ਹਾਲੇ ਯਕਦਮ ਯਕੀਨ ਨਾ ਕਰੋ,
ਆ ਗੱਲ ਕਹੀ ਸੀ। ਪਰ ਜਦੋਂ ਉਹ ਲਾਈਵ ਹੋ ਰਿਹਾ ਸੀ ਹੌਲੀ ਹੌਲੀ ਕਰਕੇ ਜਿਵੇਂ ਲੋਕ ਰੋ ਉੱਠ ਰਿਹਾ ਸੀਗਾ ਤੇ ਉਹ ਵੀ ਆਪਣੀ ਕਿਥਾਂ ਪਾਲਦਾ ਸੀ, ਉਹਨੇ ਉਹ ਲੋਕ ਰੋ ਦੇ ਵਿੱਚੋਂ ਆਪਣੀ ਹੌਲੀ 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 ਕਰਕੇ ਪਹਿਚਾਣ ਬਣਾਈ, ਚਾਹੇ ਕਿਸੇ ਨੇ ਉਹਨੂੰ ਗੱਦਾਰ ਕਿਹਾ ਚਾਹੇ ਕੁਛ ਵੀ ਕਿਹਾ, ਉਹ ਬੋਲਦਾ ਵਧੀਆ ਸੀ ਤੇ ਲੋਕ ਉਹਦੇ ਨਾਲ ਜੁੜਦੇ ਚਲ ਗਏ। ਤੇ ਰਾਜੇਵਾਲ ਸਾਹਿਬ ਤੁਸੀਂ 24 ਤਰੀਕ ਨੂੰ ਤੁਸੀਂ ਕਹਿਤਾ ਕਿ ਹੁੰਦਾ ਕੌਣ ਹੈ, ਨਾ ਉਹਦਾ ਵੀ ਯੋਗਦਾਨ ਸੀ, ਰਣਜੀਤ ਬਾਵੇ ਤੋਂ ਲੈ ਕੇ ਜਿਹੜੇ ਜਿਹੜੇ ਆਰਟਿਸਟ ਨੇ ਕਿਸਾਨੀ ਲਈ ਗੀਤ ਗਾਏ, ਜਿਨ੍ਹਾਂ ਕਲਮਾਂ ਨੇ ਲਿਖਿਆ, ਜਿਨ੍ਹਾਂ ਚਿੱਤਰਕਾਰਾਂ ਨੇ ਫੋਟੋਆਂ ਬਣਾਈਆਂ ਕਿਸਾਨੀ ਸੰਘਰਸ਼ ਲਈ, ਜਿਹੜੇ ਇੱਥੇ ਬਾਹਰ ਅੱਜ ਇੱਥੇ ਮੈਂ ਬੈਠਾ ਬਾਈ ਜੀ, ਇਹਦੇ ਬਾਹਰ ਤੁਸੀਂ ਦੇਖ ਸਕਦੇ ਹੋ ਆਹ ਬਰਫ਼ ਹੀ ਬਰਫ਼ ਪਈ ਹੋਈ ਆ ਮੇਰੇ ਘਰ ਦੇ ਬਾਹਰ। ਆਹ ਮੇਰੀ ਬਿਟੀਆ ਆਈ ਸੀ ਹੁਣ, ਕਿਉਂਕਿ ਬਾਈ ਜੀ ਇਹਨਾਂ ਨੂੰ ਟਾਈਮ ਨਹੀਂ ਦੇ ਸਕਿਆ, ਪਹਿਲਾਂ 7-8 ਸਾਲ ਇਹਨਾਂ ਦੀ ਜ਼ਿੰਦਗੀ ਦੇ ਇਹਨਾਂ ਦੇ ਮੈਂ ਖਰਾਬ ਕੀਤੇ ਆ, ਆਪਣੀ ਰੋਜ਼ੀ ਰੋਟੀ ਦਾਅ 'ਤੇ ਲਾ ਕੇ ਆਪਣਾ ਨੁਕਸਾਨ ਕਰਾ ਕੇ। ਸੋ ਹੁਣ ਕੋਸ਼ਿਸ਼ ਕਰ ਰਿਹਾ ਉਹ ਸਭ ਨੂੰ ਸਮੇਟਣ ਦੀ। ਇੱਥੇ ਬਰਫ਼ਾਂ ਦੇ ਵਿੱਚ ਲੋਕ ਰਾਤ ਨੂੰ ਕੁੜੀਆਂ ਮੁੰਡੇ ਬਜ਼ੁਰਗ ਬੱਚੇ ਛੋਟੇ ਛੋਟੇ, ਉਹ ਕਿਸਾਨ ਏਕਤਾ ਜ਼ਿੰਦਾਬਾਦ, ਕਿਸਾਨ ਏਕਤਾ ਜ਼ਿੰਦਾਬਾਦ। ਦੁਨੀਆ ਭਰ ਦੇ ਵਿੱਚ ਬਾਈ ਜੀ, ਦੁਨੀਆ ਭਰ ਦੇ ਵਿੱਚ ਲੋਕ ਆਪਣੇ ਬੋਰਡ ਲੈ ਕੇ ਖੜ੍ਹੇ, ਲੋਕ ਆਪਣੇ ਟਰੱਕਾਂ 'ਤੇ ਕਾਰਾਂ 'ਤੇ, ਜਿੱਥੇ ਗਾਹੇ ਬਗਾਹੇ ਸਾਡੀ ਵੀ ਲੋੜ ਪਈ ਅਸੀਂ ਗਏ, ਰਾਈਟ। ਜ਼ਰੂਰੀ ਨਹੀਂ ਹੁੰਦਾ ਹਰ ਵਾਰੀ ਦਿਖਾਉਣਾ, ਕਈ ਵਾਰੀ ਸਿਰਫ ਜਿਹਨੂੰ ਕਹਿੰਦੇ ਨਾ ਮੈਚ ਖੇਡੋ ਨਾ, ਪਰ ਦੂਰੋਂ ਬੈਠ ਕੇ ਦੇਖੋ, ਦੂਜਿਆਂ ਦੀਆਂ ਗਲਤੀਆਂ ਨੋਟ ਕਰਕੇ ਜਾਂ ਦੂਜਿਆਂ ਦੀਆਂ ਚੰਗਿਆਈਆਂ ਨੋਟ ਕਰਕੇ ਤੁਸੀਂ ਨੋਟਿਸ ਕਰੋ ਵੀ ਬਾਈ ਉਹ ਬਹੁਤ ਵਧੀਆ ਕਰਦਾ ਪਿਆ ਯਾਰ, ਉਹ ਬਹੁਤ ਵਧੀਆ ਪਲੇਅਰ ਖੇਡ ਰਿਹਾ ਸੀ ਫਰੰਟ 'ਤੇ, ਜਾਂ ਗੋਲਕੀਪਰ ਨੇ ਬਹੁਤ ਵਧੀਆ ਗੋਲ ਬਚਾਇਆ। ਤਾਂ ਕਈ ਚੀਜ਼ਾਂ ਐਸੀਆਂ ਹੁੰਦੀਆਂ ਜਿਹੜੀਆਂ ਅਸੀਂ ਕਰ ਰਹੇ ਹੁੰਦੇ ਹਾਂ। ਸੋ ਰਾਜੇਵਾਲ ਸਾਹਿਬ ਤੁਹਾਡਾ ਵੀ ਕੋਈ ਘੱਟ ਕਸੂਰ ਨਹੀਂ ਹੈ ਅਗਰ ਆਪਾਂ ਦੀਪ ਸਿੱਧੂ ਨੂੰ ਦੋਸ਼ ਦਿੰਦੇ ਹਾਂ। ਇੱਕ ਸੈਂਟੀਮੈਂਟ ਹੈ, ਦੇਖੋ ਸੰਤਾਂ ਦਾ ਨਾਂ ਲੈ ਕੇ ਜਿਹੜਾ ਇੱਕ ਸਿੱਖ ਕੌਮ ਦੇ ਵਿੱਚ ਇੱਕ ਦਰਦ ਹੈ ਕਿ ਸਾਡੇ ਨਾਲ ਧੱਕਾ ਹੋਇਆ 84 'ਚ, ਠੀਕ ਆ, ਸਾਡਾ ਦਰਬਾਰ ਸਾਹਿਬ ਢਾਇਆ ਉਹ ਇੱਥੋਂ ਜਾਂਦਾ ਨਹੀਂ। ਅਤੇ ਮੈਂ ਤੁਹਾਨੂੰ ਸਾਰਿਆਂ ਨੂੰ ਬਾਈ ਜੀ ਉਸ ਦਾਤੇ ਨੂੰ ਯਾਦ ਕਰਦੇ ਹੋਏ ਇੱਕ ਗੱਲ ਕਹਿਣਾ ਚਾਹੁੰਦਾ, ਉਹ ਸਾਡੇ ਸ਼ਹੀਦਾਂ ਦਾ ਨਾਂ ਲੈ ਕੇ, ਸਾਡੇ ਗੁਰੂ ਘਰਾਂ ਦਾ ਨਾਂ ਲੈ ਕੇ, ਸਾਡੇ ਯੂਨੋ ਦਰਬਾਰ ਸਾਹਿਬ ਦੇ ਢਹੇ ਹੋਏ ਦੀਆਂ ਬਰਤਾਂਤਾਂ ਸੁਣਾ ਕੇ ਕਈ ਬੰਦੇ ਸੱਚ ਦਾ ਚਾਨਣ ਪਾਉਂਦੇ ਆ ਵੀ ਜਾਗਦੇ ਰਹੋ, ਕਈ ਬੰਦੇ ਉਹ ਸੈਂਟੀਮੈਂਟ ਯੂਜ਼ ਕਰਦੇ ਆ, ਕਈ ਬੰਦੇ ਉਹ ਸੈਂਟੀਮੈਂਟ ਯੂਜ਼ ਕਰਦੇ ਆ ਕਿ ਆਹ ਚੀਜ਼ 'ਤੇ ਬੋਲੀਏ। ਜਿਵੇਂ BJP ਨੇ 1984 ਦੇ ਦਿਨਾਂ ਦੇ ਵਿੱਚ ਕਿਹਾ ਸੀਗਾ ਕਿ ਆਪਾਂ ਰਾਮ ਮੰਦਰ ਬਣਾਉਣਾ ਅਤੇ ਮਸਜਿਦ ਢਾਉਣੀ ਆ, ਬਸ ਉਹਦੇ ਵਿੱਚ ਕੀ ਆ, ਉਹਨਾਂ ਨੇ ਹਿੰਦੂ ਸੈਂਟੀਮੈਂਟ ਯੂਜ਼ ਕੀਤਾ। ਅੱਜ ਕਈ ਬੰਦੇ ਯੂਜ਼ ਕਰਦੇ ਸੰਤਾਂ ਦਾ ਨਾਮ, ਪਰ ਕਿਰਦਾਰ ਵੀ ਤਾਂ ਹੋਣਾ ਚਾਹੀਦਾ ਯਾਰ। ਉਹ ਆਪਣੀ ਫੌਜ ਨੂੰ ਛੱਡ ਕੇ ਭੱਜਦੇ ਨਹੀਂ ਕਿ ਕੇਸਰੀ ਝੰਡਾ ਚਲਾ ਤਾ ਅਤੇ ਉਹ ਤੋਂ ਬਾਅਦ ਇਕੱਲੇ ਹੀ ਸੀ, ਫਿਰ ਭੱਜਦੇ ਨਹੀਂ ਹੁੰਦੇ ਉਹ ਖੜ੍ਹਦੇ ਹੈ, ਕਿਹਦੇ ਆਸਰੇ ਛੱਡ ਕੇ ਭੱਜਿਆ ਵੀ ਦੀਪ ਸਿੱਧੂ, ਆਹ ਜਿਹੜਾ ਉੱਥੇ ਹਜੂਮ ਸੀਗਾ ਉਹਨੂੰ, ਜਿਹੜਾ ਯੂਥ ਸੀ, ਜਿਵੇਂ ਵੀ ਤੇਰੀ ਜਿਨ੍ਹਾਂ ਨਾਲ ਤੇਰੀ ਪਲੈਨਿੰਗ ਸੀ, ਤੂੰ ਉੱਥੇ ਗਿਆ ਕੇਸਰੀ ਝੰਡਾ ਚਲਾਇਆ ਤਾਂ ਕੀ ਹੋ ਗਿਆ ਯਾਰ, ਇਹ 'ਚ ਕੋਈ ਗੁਨਾਹ ਥੋੜ੍ਹੀ ਨਾ ਹੋ ਗਿਆ ਜੇ ਕਿਸੇ ਨੇ ਕੇਸਰੀ ਝੰਡਾ ਚਲਾ ਤਾ ਲਾਲ ਕਿਲੇ 'ਤੇ, ਲਾਲ ਕਿਲਾ ਸਭ ਦਾ ਆ, ਤੁਸੀਂ ਵੀ ਤਾਂ ਗਹਿਣੇ ਦੇ ਤਾ ਡਾਲਮੀਆਂ ਗਰੁੱਪ ਨੂੰ ਸਰਕਾਰਾਂ ਨੇ, ਤੂੰ ਉੱਥੇ ਕੋਈ ਵੀ ਆਪਣਾ ਝੰਡਾ ਚਲਾ ਦੇ ਯਾਰ, ਕੇਸਰੀ ਪਟਕਾ ਬੰਨ ਕੇ ਤਾਂ ਮੋਦੀ ਸਾਹਿਬ ਵੀ ਗਏ, ਉਹਦੇ 'ਤੇ ਵੀ ਨਿਸ਼ਾਨ ਸਾਹਿਬ ਲੱਗਿਆ ਸੀ, ਕੀ ਸਿਰਫ ਸਿੱਖਾਂ ਨੂੰ ਦਿਖਾਉਣ ਲਈ ਗਏ ਸੀਗੇ, ਦੇਖੋ ਤੁਹਾਡਾ ਨਿਸ਼ਾਨ ਸਾਹਿਬ ਮੱਥੇ 'ਤੇ ਲੈ ਕੇ ਮੈਂ ਮੱਥਾ ਟੇਕਣ ਚੱਲਿਆ, ਅਤੇ ਲਾਲ ਕਿਲਾ ਸਾਹਿਬ ਦਾ ਜੇ ਕੇਸਰੀ ਝੰਡਾ ਕਿਸੇ ਨੇ ਝੁਲਾ ਵੀ ਦਿੱਤਾ ਤਾਂ ਕੀ ਗੁਨਾਹ ਹੋ ਗਿਆ। ਪਰ ਉੱਥੋਂ ਦੀ ਕਿਸੇ ਲੀਡਰ ਦਾ ਸਿਰਫ ਲਾਈਵ ਹੋ ਕੇ ਲੋਕਾਂ ਨੂੰ ਇਹ ਦਿਖਾ ਜਾਣਾ ਜੀ ਮੈਂ ਝੁਲਾ ਤਾ, ਮੇਰੀ ਬੋਲੇ ਬੋਲੇ ਦੇਖੋ ਕੇਸਰੀ ਨਿਸ਼ਾਨ ਝੁਲਾ ਤੇ, ਅਤੇ ਉੱਥੋਂ ਲੀਡਰ ਆਪ ਪਹਿਲਾਂ ਅੱਗੇ ਹੁੰਦਾ, ਉਹ ਭੱਜਦਾ ਨਹੀਂ ਹੁੰਦਾ, ਲੀਡਰ ਦੇ ਨਾਲ ਘੱਟੋ ਘੱਟ ਉਸ ਟਾਈਮ 'ਤੇ 1000 ਬੰਦਾ ਹੋਣਾ ਚਾਹੀਦਾ ਸੀ, ਪਰ ਉਹਦੇ ਨਾਲ ਹੈ ਕਿੰਨੇ ਸੀ, ਕਿਉਂ ਨਹੀਂ ਸੀ, ਕਦੀ ਇਹਦੇ ਵਿੱਚ ਗਏ? ਇੱਥੇ ਬੈਠ ਕੇ ਫੇਸਬੁੱਕ 'ਤੇ ਤੁਸੀਂ ਜੋ ਮਰਜ਼ੀ ਕਰੀ ਜਾਓ ਵੀ ਉਹ ਲਿਖ ਦਿਓ ਆਪਣੇ ਫਲਾਣਾ ਜ਼ਿੰਦਾਬਾਦ, ਫਲਾਣਾ ਇੱਦਾਂ ਫਲਾਣਾ, ਨਾ ਕਦੀ ਆਹ ਦਿਮਾਗ ਲਾਓ, ਲੀਡਰ ਕਦੀ ਆਪਣੀ ਫੌਜ ਛੱਡ ਕੇ ਨਹੀਂ ਭੱਜਦਾ। ਜਦੋਂ ਨੇਵੀ ਦੇ ਵਿੱਚ ਜਹਾਜ਼ ਡੁੱਬਦੇ ਆ ਤਾਂ ਉਦੋਂ ਕਦੀ ਵੀ ਜਿਹੜਾ ਕੈਪਟਨ ਹੈ ਉਹ ਛੱਡ ਕੇ ਨਹੀਂ ਭੱਜਦਾ ਜਹਾਜ਼ ਨੂੰ, ਜੇ ਪਲੈਨਿੰਗ ਸੀਗੀ ਤਾਂ।
जे सिर्फ लाइव होके ये दिखाना सीगा कि बस अपना नाम आ जाए कि जिमें अडवानी होरी बन गए सी उदों वाजपाई होरी मस्जिद दे उत्ते यू नो अपने झंडे चला के उवें जे सिर्फ अपना नाम ही बनाउणा सी या अपने आप नहीं बल्ले बल्ले करवानी सी।